निक्की सेबी लैनी है। बताओ। निक्की सेबी है जी। ए जी देखो जी लेडी बग, ये बड़े मज़े की चीज़ है। जान तो खेड के सेब पुट रहे सी, जरा सारी इतने स्लिपरी हुई ना तो काम हो जाना। एडी तोरी है, ए जरा गंदी है जी। आलू बुखारा चेक कर रही है तहरी साहब, जो आलू बुखारा चेक करा रहे हैं। इसके बाद लगना आलू बुखारा इसकी नहीं पसंद। जी मेरे मिठे मिठे व्यूअर्स, की हाल चाल है? ठीक ठाक हो? वेलकम टू रोमिंग विद रजा। अज ने एपीसोड विच तुहानू नार्वे ना एक छोटा जा पिंड है लियर, उत्थे लै के जाना है। तो उत्थे असां बड़ा खास काम करना है। असां विजिट मारनी है सेबा ने बाग विच, तुहानू उत्थे ताज़े ताज़े जिहड़े ना सेब दिखाने ने। ते बड़ा मज़ेदार माहौल है उत्थे, बड़ी खूबसूरती है, बड़ी मतलब ग्रीनरी है। तो वो तुहानू दिखांगे अज ने एपीसोड विच, सेब पुट्टांगे, खा के भी टेस्ट करांगे। उम्मीद है तुहानू एपीसोड पसंद आएगा। आ जाओ फिर। लियर जिहड़ा ए ओस्लो तू तकरीबन, जिहड़ा दारो खिलाफ ओस्लो, उस तू तकरीबन 30-35 किलोमीटर बाहर है। दोवां साइडां दे पहाड़ियां न, ते ए हुण सेब ने पहाड़ च असां एंटर होना है। तो अज ने एपीसोड च असां डिस्कवरी नसल नाल जिहड़ा सेब है ना उह पुटणे ने। ते काफ़ी होर नसलां ने भी सेब इत्थे लगे न। ए सेब दिसदे रहे न बड़े जबरदस्त सूए सूए, पर ये अजे तैयार कौन ही होए। ए तुसीं देख रहे हो कितना प्यारा प्यारा सेब लगे न इत्थे, सूए सूए, दिल करना फुट के खा जो, पर पुट ना सी सकने इन्हां की, इन्हें कि ना पकड़ सकने क्योंकि ये तैयार नहीं। तैयार कड़े सेब न जे इस बाग च लगे, इस पास है ये डिस्कवरी न, तो ये तैयार हो गए। ए जी फिलहाल ए सेब तैयार होए ने। ए तुसीं देख रहे हो काफ़ी जेडे छोटे छोटे प्यारे प्यारे सेब न। इन्होंने साइज चेक करो, तो काफ़ी जड़ी है ना रौनक लगी है, काफ़ी बंदे पुट्टन आए। ये तैयार है। ਇਹ ਜੀ ਬਾਲਟੀ ਦਿੱਤੀ ਹੈ ਨਾ ਸਪੈਸ਼ਲ, ਇਹਨਾਂ ਨੇ ਤਿਆਰ ਕੀਤੀ ਹੈ ਵੀ ਬਾਲਟੀ 'ਚ ਤੁਸੀਂ ਪੁੱਟੋ ਸੇਬ ਤਿਆਰ ਕਰੋ। ਅਤੇ ਹੁਣ ਅਸੀਂ ਉਹ ਦੂਰ ਦੋਸਤ ਹੋਏ ਸੇਬ ਦਿਸ ਰਹੇ ਮਜ਼ੇਦਾਰ। ਅਤੇ ਇਹ ਦੇਖੋ ਜੀ, ਉਹ ਉੱਪਰ ਦੇਖੋ ਜੀ ਸੇਬ ਲੱਗੇ ਨੇ ਬਿਹਤਰੀਨ ਕਿਸਮ ਨੇ। ਅਤੇ ਸਾਡੇ ਨਾਲ ਜਿਹੜੇ ਇਸ ਵਕਤ ਤਾਜੀ ਸਾਹਿਬ ਨੇ ਸਪੇਨ ਤੋਂ ਆਏ ਨੇ ਸੇਬ ਪੁੱਟਣ ਸਪੈਸ਼ਲ। ਅਤੇ ਇਹ ਦੇਖ ਰਹੇ ਜੀ ਜ਼ਿਆਦਾਤਰ ਜਿਹੜੇ ਅੱਛੇ ਸੇਬ ਜਿਹੜੇ ਨੇ ਉਹ ਤਾਂ ਗਿਰ ਚੁੱਕੇ ਨੇ, ਪਰ ਹਾਲ ਦੇਖੋ ਜੀ ਇਹ ਹੁਣ ਤਿਆਰ ਹਨ ਸੇਬ। ਇਹ ਜੀ ਸੀੜੀ ਲੱਗੀ ਹੈ, ਇਸ ਸੀੜੀ 'ਤੇ ਹੁਣ ਤੈਰੀ ਸਾਹਿਬ ਪਕੜ ਕੇ ਰੱਖਣਗੇ ਅਤੇ ਮੈਂ ਮਜ਼ੀਦ ਉੱਪਰ ਜਾ ਕੇ ਸੇਬ ਪੁੱਟਾਂਗਾ। ਚਲੋ ਜੀ ਇਹ ਸੀੜੀ 'ਤੇ ਮੈਂ ਚੜ੍ਹ ਰਹੇ ਉੱਪਰ, ਅਤੇ ਉੱਪਰੋਂ ਜਿਹੜਾ ਇਹ ਦੇਖੋ ਜੀ ਉੱਪਰ ਕਿਹੜੇ ਜ਼ਬਰਦਸਤ ਕਿਸਮ ਦੇ ਸੇਬ ਲੱਗੇ ਨੇ। ਇੱਥੇ ਜੇ ਮੇਰਾ ਹੱਥ ਪੁੱਜ ਗਿਆ, ਅਤੇ ਇਹ ਸੇਬ ਹੈ ਬੜਾ ਜ਼ਬਰਦਸਤ ਕਿਸਮ ਦਾ। ਇਹ ਲਾਇਆ ਇਹ ਸੇਬ ਜਿਹੜਾ ਨਾ, ਇਹ ਨਸਲ ਹੀ ਐਸੀ ਹੈ, ਇਹ ਸੂਏ ਨਹੀਂ ਹੁੰਦੇ, ਇਹਨਾਂ ਰੰਗ ਥੋੜ੍ਹਾ ਜਿਹਾ ਹੋਰ ਹੈ। ਅਤੇ ਇਹ ਤੁਸੀਂ ਤੱਕੋ ਡਿਸਕਵਰੀ ਨਸਲ ਨੇ ਸੇਬ ਹਨ, ਦੋ ਚੰਗੇ ਮੋਟੇ ਸੇਬ ਹਨ। ਚਲੋ ਸਾਹਿਬ ਇਹ ਪਕੜ ਲਓ ਹਾਂ ਸੇਬ, ਇਹ ਸਹੀ ਨੇ ਬਾਲਟੀ 'ਚ ਪਾਓ ਨੇ। ਨਿੱਕੀ ਸੇਬੀ ਲੈਣੀ ਹੈ? ਇਹ ਨਿੱਕੀ ਸੇਬੀ ਹੈ ਜੀ। ਇਹ ਜੀ ਰੋਮਿੰਗ ਅਤੇ ਰਜ਼ਾ 'ਚ ਐਕਸਕਲੂਸਿਵਲੀ ਤੁਹਾਨੂੰ ਇਹ ਜਿਹੜਾ ਨਿੱਕਾ ਸੇਬ ਦਿਖਾ ਰਹੇ ਹਾਂ, ਅਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਲੋਕ ਦੇਖੋ ਪੁੱਟ ਰਹੇ ਨੇ ਸੇਬ, ਇਹ ਪਕੜੋ ਤਾਰੀ, ਲੋਕ ਪੁੱਟ ਰਹੇ ਨੇ। ਅਤੇ ਇਹ ਸੇਬ ਹੁਣ ਮਤਲਬ ਇਹ ਦੇਖੋ ਸੇਬ ਖਰਾਬ ਹੋ ਗਿਆ, ਗਲ ਗਿਆ ਵਿਚਾਰਾ, ਇੰਤਜ਼ਾਰ ਵਿੱਚ ਕਿ ਮੈਨੂੰ ਕੋਈ ਪੁੱਟੇਗਾ, ਅਤੇ ਇਸਕੀ ਕਿਸੇ ਪੁੱਟਿਆ ਨਹੀਂ। ਇਹ ਵੀ ਦੋ ਸੇਬ ਜਿਹੜੇ ਨੇ ਯਾਰ, ਮੈਨੂੰ ਥੋੜ੍ਹਾ ਜਿਹਾ ਸ਼ੱਕ ਹੈ ਨਾ ਸੇਬਾਂ 'ਤੇ ਤਿਆਰ ਹਨ ਕਿ ਨਹੀਂ, ਪਰ ਚਲੋ ਇਹ ਜੀ ਦੇਖੋ ਜੀ ਚੈੱਕ ਕਰਕੇ ਤਾਂ ਨਾਲ ਮਨਾ ਲੈਂਦੇ ਨਾ। ਇਹ ਇਹ ਸਾਫ਼ ਨੇ, ਇਸ ਪਾਸੇ ਸਾਫ਼ ਨੇ। ਇਹ ਜੀ ਮਜ਼ੇਦਾਰ ਮਜ਼ੇਦਾਰ ਸੇਬ ਨੇ, ਅਸੀਂ ਸੇਬ ਪੁੱਟ ਰਹੇ ਹਾਂ, ਕਿਆ ਬਾਤ ਹੈ। ਇਹ ਜੀ ਦੇਖੋ ਅਸਲ ਸੇਬ ਤਾਂ ਇੱਥੋਂ ਉੱਪਰ ਉਚਾਈ 'ਤੇ ਸਾਨੂੰ ਲੱਭੇ। ਇਹ ਜਿਹੜਾ ਨਾ ਬਹੁਤ ਹੀ ਖੂਬਸੂਰਤ ਸੇਬ ਹੈ, ਮਸ਼ ਦੇਖੋ ਜੀ ਦੇਖੋ। ਹਾਂਜੀ ਹੁਣ ਮਜ਼ੀਦ ਉੱਪਰ ਜਾ ਰਹੇ ਹਾਂ ਜੀ,
काफ़ी प्यारे सेब न। जान तो खेड़ के सेब पुट रहे सी, जरा सारी इतने स्लिपरी हुई ना तो कम हो जाने। ए जी सेब है, चेक करो मज़ेदार, इसकी ए भी कसूआ जै प्यारे प्यारे रंग ने। ए जी देखो जी लेडी बग, ये बड़े मज़े की चीज़ है। इसकी कोशिश होनी हमेशा जरा ना ऊंचाई वाल जाएगी, जल्द ऊंचाई तक पहुँच जाएगी फिर उड़ने की कोशिश करो थे टैप ही। लो जी बाल्टी भर ली है तो हूँ जरा ना मजीद जरा आलू बुखारे वाल चलीए। ए जी सूए सेबन ये अजे तैयार नहीं हो जिसने कि तुम दसिया। ਇਹ ਜੀ ਜ਼ਿਮੀਂਦਾਰੀ ਏਰੀਆ ਹੈ, ਇਹਨਾਂ ਦਾ ਪੁਰਾਣਾ ਪੁਰਾਣਾ ਮਕਾਨ ਹੈ, ਬਾਗ ਤਾਂ ਲੱਗਿਆ ਨਾਲ, ਮਸ਼ੀਨਰੀ ਮਸ਼ੀਨਰੀ ਲੱਗੀ ਹੈ ਪੂਰੀ, ਹਰ ਕਿਸਮ ਦੀ ਟਰੈਕਟਰ ਸ਼ਰੈਕਟਰ ਨਾਲ ਜਿਹੜਾ ਸਮਾਨ ਹੈ। ਲਓ ਜੀ ਸੇਬ ਅਸਾਂ ਪੁੱਟ ਲਏ, ਬਾਲਟੀ ਪੂਰੀ ਕਰ ਲਈ ਹੈ, ਤਕਰੀਬਨ 3-4 ਕਿਲੋ ਸੇਬ ਹਨ ਇਸ ਵਕਤ। ਜਿਹੜਾ ਇਸ ਦੀ ਕੀਮਤ ਜਿਹੜੀ ਹੈ, ਅਗਰ ਤੁਸੀਂ ਦੁਕਾਨ ਤੋਂ ਇੱਥੋਂ ਲੈਣੇ ਹੋ ਸੇਬ ਤਾਂ ਇੱਕ 40 ਕਰੋੜ ਕਿਲੋ ਮਿਲਣੇ, ਅਤੇ ਇਹ ਇੱਥੇ 35 ਕਰੋੜ ਕਿਲੋ। ਪਰ ਇੱਥੇ ਚਲੋ ਤਾਜ਼ੀ ਹਵਾ 'ਚ ਤੁਸੀਂ ਸੇਬ ਨੇ ਮਤਲਬ ਹੈ ਬਾਗ 'ਚ ਦੇਖਣੇ ਹੋ, ਇੰਜੋਏ ਕਰਨੇ ਹੋ, ਆਪਣੇ ਹੱਥਾਂ ਨਾਲ ਪੁੱਟਣੇ, ਉਸ ਦੀ ਇੱਕ ਆਪਣੀ ਮਤਲਬ ਹੈ ਇੱਕ ਫੀਲਿੰਗ ਮਿਲਣੀ ਹੈ, ਐਕਸਪੀਰੀਅੰਸ ਹੈ ਬੰਦੇ ਵਾਸਤੇ ਜਿਹੜਾ ਇੱਕ ਬਾਗ 'ਚ ਆ ਕੇ ਪੁੱਟਣਾ, ਉਸਨੂੰ ਆਪਣਾ ਮਜ਼ਾ ਹੈ। ਅਤੇ ਇਹ ਅਸਾਂ ਅੱਜ ਜਿਹੜੀ ਸੇਬ ਪੁੱਟੇ ਬਹੁਤ ਮਜ਼ਾ ਆਇਆ ਸਾਨੂੰ। ਲਓ ਜੀ ਹੁਣ ਫਿਰ ਮਜ਼ੀਦ ਜਿਹੜਾ ਅਸੀਂ ਹੁਣ ਆਲੂ ਬੁਖਾਰਾ ਚੈੱਕ ਕਰਨ ਚੱਲੇ ਹਾਂ। ਆਲੂ ਬੁਖਾਰਾ ਜਿਹੜਾ ਉਹਨਾਂ ਨੇ ਦਰਖਤ ਜਿਹੜਾ ਥੋੜ੍ਹੇ ਜਿਹੇ ਮਜ਼ੀਦ ਪਹਾੜੀ ਉੱਪਰ ਪੈਦਲ ਜਾਵਾਂਗੇ, ਨਾਲ ਥੈਲੇ ਲੈ ਗਏ ਹਾਂ ਪਲਾਸਟਿਕ ਨੇ, 3 ਕਰੋੜ ਨਾਲ ਜਿਹੜਾ ਥੈਲਾ ਦੇ ਰਹੇ ਹਨ, 3 ਕਰੋੜ ਤਕਰੀਬਨ ਜਿਹੜਾ ਕਰ ਲਓ 0.3 ਸੈਂਟੀਆਂ ਨਾਲ ਜਿਹੜਾ ਇੱਕ ਥੈਲਾ ਇਹ ਨਾਲ ਲੈ ਗਏ। ਇਸ ਵਿੱਚ ਆਲੂ ਬੁਖਾਰੇ ਭਰ ਕੇ ਲੈ ਕੇ ਆਵਾਂਗੇ, ਅਤੇ 2 ਨਸਲ ਨੇ ਆਲੂ ਬੁਖਾਰੇ ਜਿਹੜੇ ਇਸ ਵਕਤ ਤਿਆਰ ਹਨ, ਇੱਕ ਮਿੱਠਾ ਆਲੂ ਬੁਖਾਰਾ ਥੋੜ੍ਹਾ ਜਿਹਾ, ਇੱਕ ਨਮ ਜਿਹੜਾ ਥੋੜ੍ਹਾ ਜਿਹਾ ਖੱਟਾ ਕਿਸਮ ਦਾ। ਅਤੇ ਇਹ ਆਲੂ ਬੁਖਾਰਾ ਜਿਹੜਾ ਇਹ ਵੀ ਬਹੁਤ ਜ਼ਬਰਦਸਤ ਕਿਸਮ ਦਾ, ਇੱਥੇ ਨਾਰਵੇ ਦਾ ਆਲੂ ਬੁਖਾਰਾ ਬਹੁਤ ਮਸ਼ਹੂਰ ਹੈ, ਬਹੁਤ ਮੋਟਾ ਅਤੇ ਸਾਫ਼ ਸੁਥਰਾ ਕਾਫ਼ੀ ਹੱਦ ਤੱਕ ਜਿਹੜਾ ਆਲੂ ਬੁਖਾਰਾ ਜਿਹੜਾ ਪੁੱਟਣ ਗਿਆ, ਕਿਉਂਕਿ ਜਿਹੜਾ ਸੀਜ਼ਨ ਜਿਹੜਾ ਹੁਣ ਸਪਤੰਬਰ ਆ ਗਿਆ। ਇਹ ਕੁਝ ਆਲੂ ਬੁਖਾਰੇ ਨੇ ਇੱਕ ਦਰਖਤ ਇੱਥੇ ਲੱਗੇ ਹੈ, ਇਸ ਨਾਲ ਇਸ ਨਸਲ ਦਾ ਨਾਂ ਹੈ ਵੈਲੋਰ, ਇਹ ਜਿਹੜੇ ਨਾਲ ਲਿਖਿਆ ਵੈਲੋਰ ਅਤੇ ਨਾਲ ਲਿਖਿਆ ਨੇ ਇਹਨਾਂ ਨੇ ਇੱਕੇ ਮੂਦਨ, ਇਸ ਨਾਲ ਮਤਲਬ ਜੀ ਇਹ ਅਜੇ ਪੱਕਿਆ ਕੋਲ ਨਹੀਂ, ਰੰਗ ਤੋਂ ਤੱਕੋ ਤਾਂ ਬਿਲਕੁਲ ਪੱਕਿਆ ਲੱਗ ਰਿਹਾ, ਲੇਕਿਨ ਜ਼ਹਿਰ ਹੈ ਇਹ ਫਾਰਮਰ ਨੇ ਇਹਨਾਂ ਪਤਾ ਕਰਦੇ ਜਿਹੜਾ ਇਹ ਚੀਜ਼ ਜਿਹੜੀ ਹੈ ਨਾ ਆਲੂ ਬੁਖਾਰਾ ਕੱਚਾ ਹੈ। ਅਤੇ ਮਜ਼ੀਦ ਅਸੀਂ ਅੱਗੇ ਚੱਲਦੇ ਹਾਂ, ਦੇਖਦੇ ਹਾਂ ਇਹ ਇੱਕ ਹੋਰ ਨਸਲ ਨਾ ਆਲੂ ਬੁਖਾਰਾ, ਇਸਕੀ ਆਖਣੀ ਵਿਕਟੋਰੀਆ, ਇਹ ਜਿਹੜਾ ਨਾ ਇਹ ਪੱਕੇ ਆ, ਇਹ ਹੁਣ ਖਾ ਕੇ ਥੋੜ੍ਹਾ ਟੈਸਟ ਕਰੀਏ, ਖੱਟਾ ਬਹਰਹਾਲ ਇਹ ਹੈ ਬਈ ਮਜ਼ੇਦਾਰ ਹੈ। ਅਤੇ ਹੁਣ ਮਜ਼ੀਦ ਇੱਕ ਜਿਹੜਾ ਆਲੂ ਬੁਖਾਰਾ ਜਿਹੜਾ ਇੱਥੇ ਇਹਨਾਂ ਨੇ ਹੋਰ ਨਸਲ ਨਾਲ ਆਲੂ ਬੁਖਾਰਾ, ਮਿੱਠਾ ਆਲੂ ਬੁਖਾਰਾ ਮੋਟਾ ਸੂਹਾ, ਉਹ ਹੁਣ ਚੈੱਕ ਕਰਨੇ ਆ, ਢੇਰ ਸਾਰੀਆਂ ਨਸਲਾਂ ਆਲੂ ਬੁਖਾਰਾ ਇੱਥੇ। ਬਾਹਰ ਅਸਾਂ ਹੁਣ ਜਿਹੜਾ ਵਿਕਟੋਰੀਆ ਨਾਲ ਨਹੀਂ ਲੈਣਾ, ਇੱਕ ਹੋਰ ਨਸਲ ਇੱਥੇ ਬਹੁਤ ਮਿੱਠਾ ਆਲੂ ਬੁਖਾਰਾ, ਉਹ ਵੀ ਉਸਦਾ ਨਾਂ ਹੈ ਜੀ ਸੂਹੇ ਰੰਗ ਨਾਲ, ਉਹ ਆਲੂ ਬੁਖਾਰਾ ਸਾਰੇ ਤਕਰੀਬਨ ਵਿਕਟੋਰੀਆ ਹੀ ਨੇ, ਲੇਕਿਨ ਇਹ ਜ਼ਰਾ ਪੱਕੇ ਸੂਹੇ ਨੇ। ਆਓ ਇਹ ਦਾਣਾ ਟਰਾਈ ਕਰੀਏ, ਇਹ ਖੱਟੇ ਤੋਂ ਇਹ ਟਰਾਈ ਕਰਨੇ, ਇਹ ਕੋਈ ਥੋੜ੍ਹਾ ਇਹ ਵੀ ਹੈ ਖੱਟਾ। ਇਹ ਜੀ ਗਾਵਾਂ ਚੈੱਕ ਕਰੋ, ਇੱਥੇ ਇਹਨਾਂ ਗਾਵਾਂ ਵੀ ਰੱਖੀਆਂ ਨੇ, ਇਹ ਚਿੱਟੀ ਨਸਲ ਦੀ ਗਾਂ ਹੈ। ਇਹ ਦੇਖੋ ਜੀ ਕਿਹੜਾ ਮਾਹੌਲ ਹੈ, ਆਪਣੇ ਬੱਚਾ ਤਾਂ ਬੇਟਾ ਜਾਂ ਬੇਟੀ ਉਹਨੇ ਵੀ ਪਤਾ, ਨੀਨੀਆਂ ਨੀਨੀਆਂ ਅੱਖਾਂ ਨੇ, ਕਾਫ਼ੀ ਜਿਹੜਾ ਗੋਰੀਆਂ ਗਾਵਾਂ, ਗੋਰਿਆਂ ਨੇ ਮੁਲਕਾਂ 'ਚ ਗੋਰੀਆਂ ਗਾਵਾਂ, ਇਹ ਗੱਲ ਹੈ ਨਾ, ਕਿੱਡਾ ਕਿੱਡਾ ਕਿੱਡੀ ਰੌਣਕ ਹੈ। ਹਰ ਗਾਂ ਨਾ ਜਿਹੜਾ ਇਹਨਾਂ ਮਤਲਬ ਨੰਬਰ ਪਲੇਟਿੰਗ ਕੀਤੀ ਹੈ, ਬਹੁਤ ਹੀ ਪਿਆਰੀਆਂ ਗਾਵਾਂ। ਇਹ ਜੀ ਆਲੂ ਬੁਖਾਰਾ ਚੈੱਕ ਕਰ ਰਹੀ ਹੈ, ਤਹਿਰੀ ਸਾਹਿਬ ਜਿਹੜਾ ਆਲੂ ਬੁਖਾਰਾ ਚੈੱਕ ਕਰਾ ਰਹੇ ਨੇ, ਇਸ ਕੀ ਪਤਾ ਲੱਗਣਾ ਆਲੂ ਬੁਖਾਰਾ ਇਸ ਨਹੀਂ ਪਸੰਦ, ਇਹ ਘਾਹ ਪਸੰਦ ਕਰਨੀ ਹੈ ਜ਼ਿਆਦਾ।
थोड़े जे आलू बुखारे ने पत्ते खवा लेन ते हुण सारियां आस्ता आस्ता आवन लगियां खाण पीण वास्ते। लो जी हुण जिहड़ा दुकान अंदर असीं एंटर होणे इत्थे असां पैसे देणे होर भी इन्हां वरायटी रखी है तो आज चैक करिए जी। जैसे कि तुसीं देख सकने इत्थे ना 8 करोड़ किलो यानी कि 80 सेंटी फी किलो सेब रखे न। ये सेब न जूस वगैरह कड़ने वास्ते या तुसीं केक शेक पा सकने हो जो सेबा ना केक तुसीं बनाने हो। ये क्वालिटी इन्हां दी थोड़ी दूए नालों घट है लेकिन फिर भी जिहड़ा अच्छे सेब बने जी। मजीद जिहड़ा इत्थे आलू बुखारा पे है जिबलेम आलू बुखारा ये जिहड़ा ना 35 करोड़ किलो लाया है काफ़ी जिहड़ा है खुश जिहड़ा है सूए रंग आलू बुखारा है। फार्म ने जूस है सेबा ना वो इन्हें लाया तकरीबन जिहड़ा 75 लीटर जिहड़ा 7-6 यूरो ना तुसीं देख रहे हो 75 लीटर की बोतल 6 यूरो नी तो मजीद जिहड़ा 3 लीटर वो उन्हें 180 करोड़ यानी कि 18 यूरो नी लाई है जी। खीरे भी पेन फ्रैश ये भी दो लै जाने नाल है जी। शहद वगैरह इन्हें रखी है ये 15-16 यूरो नी जी है अद्धा किलो। ये भी कोई जड़ी बूटी है सब्जी है एक जी जेड़ा इन्हें इतने ब्रोकली लाई है 20 करोड़ नी। हूँ लिया आलू बुखारा लिया सेब लिया तो 3 तोरियां लिया हूँ इसलिए जी पेमेंट करनी है लैन लगी है थोड़ी जी पेमेंट कर लगी है तो फिर अगर मजीद देखने लैन लगी है शायद लेनी क्योंकि शायद ना कोई अंदाजा क्वालिटी ना कोई है नहीं बेहतर है कि अच्छी शायद जी है ले जाए से दवा नो प्रोमेर की मांग है या 112 करोड़ ये बढ़ना तकरीबन 12 यूरो या तक कौन बने हैं टोटल इस विच जी 3 तोरियां ना साइज ठीक है एडी तोरी है इधर गंदी है ते मजीद जेड़ा 3 किलो सेबन तो नाल जेड़ा तकरीबन 2 किलो आलू बुखारा है ते ए हुण देखो ठीक हो गया शुक्र लग गया है जी। बिल्डिंग इन्होंने पुराने जमाने जी इतने जमींदारियों ने जो माल डंगर रखने वास्ते जो मकान बनने थे उस स्टाइल ट्रेडिशनल सुरख रंग में पहाड़ियाँ दोवें साइडा ते मजीद इतने देखो जी सब्ज सेब बना बाग है साइड ते जी। मेरे मिठे मिठे व्यूअर्स ए सी जी साड़ी अज नहीं किस्त उम्मीद है तुहानू पसंद आई होगी। अज तुहानू जिहड़ा लीयर दा एक फार्म दस्सिया जिथे असां सेबां ने बाग तके आलू बुखारे ने बाग भी तके है तो मजीद इन्हां ने जिहड़ी लोकल जिहड़ी ग्रोसरी वगैरह जिहड़ी सब्जी वगैरह जिहड़े इत्थे ओह उगाउंदे ने लीयर कम्यून नारे विच ओह दिखाई है। तो मेरे मिठे मिठे व्यूअर्स लाइक शेयर तो सबसक्राइब करना ना भूलियो तो एक भोला जिहा कमेंट भी छड्ड दिओ ताकि चैनल जिहड़ा मजीद चल सके। बाकी जेड़ा हसने रवो तो वसने रवो। मैं शज़ेब रज़ा तुसी देख रहे हो रोमिंग विद रज़ा।